ਕਿ ਸਿੱਖਾਂ ਨੇ ਕੁਰਬਾਨੀਆਂ ਵੀ ਦਿੱਤੀਆਂ, ਇਤਿਹਾਸ ਸਿਰਜਿਆ ਬਹੁਤ ਹੈ, ਇਤਿਹਾਸ ਨੂੰ ਸੰਭਾਲਿਆ ਅਤੇ ਪ੍ਰਚਾਰਿਆ ਨਹੀਂ। ਸਿੱਖ ਦੁਨੀਆ ਦੀਆਂ ਹੋਰਨਾਂ ਕੌਮਾਂ ਤੋਂ ਇਸ ਮਾਮਲੇ ਦੇ ਵਿੱਚ ਬਹੁਤ ਪਿੱਛੇ ਹੈ। ਇਸ ਕਰਕੇ ਜਿਵੇਂ ਸਾਡੇ ਗੁਰੂ ਸਾਹਿਬਾਨ ਨੇ ਇਹ ਪਿਰਤ ਪਾਈ ਸੀ, ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਰਾਹੀਂ ਸਿੱਖੀ ਦਾ ਬੂਟਾ ਲਾਇਆ ਸੀ, ਗੁਰੂ ਹਰਗੋਬਿੰਦ ਜੀ ਨੇ ਸਮੇਂ ਦੇ ਹਾਣੀ ਹੋ ਕੇ ਸਮੇਂ ਦੀ ਲੋੜ ਨੂੰ ਵੇਖਦੇ ਹੋਇਆਂ ਮੀਰੀ ਪੀਰ ਦੇ ਸਿਧਾਂਤ ਨੂੰ ਉਜਾਗਰ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਲੋੜ ਨੂੰ ਵੇਖਦਿਆਂ ਸਮੇਂ ਦੇ ਹਾਣੀ ਹੋ ਕੇ ਸੰਤ ਯੋਧਿਆਂ ਦੀ ਸਿਰਜਣਾ ਕੀਤੀ ਸੀ। ਉਸੇ ਤਰ੍ਹਾਂ ਹੁਣ ਸਿੱਖ ਕੌਮ ਨੂੰ ਸਮੇਂ ਦੇ ਹਾਣੀ ਹੋ ਕੇ ਸਮੇਂ ਦੀ ਲੋੜ ਨੂੰ ਵੇਖਦੇ ਹੋਇਆਂ ਇਲੈਕਟ੍ਰੋਨਿਕ ਮੀਡੀਆ ਦਾ ਇਸਤੇਮਾਲ ਕਰਦੇ ਹੋਏ ਆਪਣੇ ਵਿਰਸੇ ਨੂੰ ਸੰਭਾਲਣ ਅਤੇ ਪ੍ਰਚਾਰਨਾ ਚਾਹੀਦਾ, ਜਿਸ ਵਿੱਚ ਅਸੀਂ ਬਹੁਤ ਪਿੱਛੇ ਰਹਿ ਗਏ ਹਾਂ। ਵਿਦੇਸ਼ਾਂ ਦੇ ਵਿੱਚ ਗੋਰੇ ਸਿੱਖ ਬਣ ਗਏ, ਮੈਂ ਵੀ ਉਹਦੇ ਵਿੱਚ ਸ਼ਾਮਿਲ ਹਾਂ, ਜਿਹੜੇ ਮੇਰੇ ਵਰਗੇ, ਚਲੋ ਮੈਂ ਫਿਲਮ ਇੰਡਸਟਰੀ 'ਚ, ਮੇਰਾ ਇੱਕ ਬਹਾਨਾ ਕਹਿ ਸਕਦਾ, ਜਿਹੜੇ ਜਿਹਨੂੰ ਅਸਲੀਅਤ ਦਾ ਨਹੀਂ ਪਤਾ ਮੇਰੀ, ਉਹ ਕਹਿੰਦਾ ਇਹ ਬਹਾਨਾ ਹੈ ਕਿ ਮੈਂ ਦਾੜੀ ਕਿਸ ਨਹੀਂ ਰੱਖੇਗੇ। ਔਰ ਜਿਹੜੇ ਵੀ ਸਿੱਖ ਦੇ ਬੱਚੇ ਨੇ ਆਪਦਾ ਮੂੰਹ ਸਿਰ ਬਣਾਇਆ, ਉਹ ਕੋਈ ਵੀ ਹੋਵੇ ਇਨਕਲੂਡਿੰਗ ਮੀ, ਉਹਨੂੰ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਹੈਗਾ। ਅਸੀਂ ਗੁਰੂਆਂ ਦੇ, ਸ਼ਹੀਦਾਂ ਦੇ ਦੁਖੀ ਹਾਂ। ਤਾਂ ਇੱਥੇ ਆਉਣ ਦਾ ਮਕਸਦ ਇਹ, ਖਾਲਸਾ ਇਤਿਹਾਸ ਦੇ 99ਵੇਂ ਦੀ ਵਿਸਾਖੀ ਵੇਲੇ ਖਾਲਸਾ ਫਿਲਮ ਬਣੀ ਸੀ, ਗੁਰੂ ਨੇ ਬਣਵਾਈ, ਉਹ ਪਹਿਲੀ ਇਤਿਹਾਸਿਕ ਫਿਲਮ ਸੀ, ਉਹਨੂੰ ਸੰਗਤਾਂ ਨਾਲ ਸਾਂਝੀ ਕਰ ਰਹੇ ਹਾਂ। ਫਿਰ ਤੋਂ ਗੁਰੂ ਨੇ ਕਿਰਪਾ ਕੀਤੀ ਅਤੇ ਸਿਲਸਿਲਾ ਸ਼ੁਰੂ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ, ਗੁਰਬਾਣੀ ਦੇ ਕੌਤਕ, ਦਰਬਾਰ ਸਾਹਿਬ, 24 ਘੰਟੇ ਦੀ ਮਰਿਆਦਾ, ਤੋਸ਼ਾਖਾਨਾ ਦਰਬਾਰ ਸਾਹਿਬ, ਇਸ ਤਰ੍ਹਾਂ ਜਿਹੜੀ ਫਿਲਮਾਂ ਬਣਾਈਆਂ ਗੁਰੂ ਨੇ ਬਣਵਾਈਆਂ ਹੈਗੀਆਂ, ਉਹਨਾਂ ਦੀ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਜਾਗਰੂਕ ਕਮੇਟੀਆਂ ਹੈਗੀਆਂ ਜਾਂ ਕੁਛ ਯਤਨਸ਼ੀਲ ਲੋਕ ਹੈ, ਅਮਰਜੀਤ ਸਿੰਘ ਵਰਗੇ ਲੋਕ ਮੇਰੇ ਕੋਲ ਆਏ, ਨੇਪਾਲ ਸਿੰਘ ਵੀ, ਇਹ ਸਾਰੇ ਮੇਰੇ ਕੋਲ ਆ ਕੇ ਉਹਨਾਂ ਨੇ ਕਿਹਾ ਕਿ ਆਪਾਂ ਇਹ ਯਤਨ ਕਰੀਏ, ਅਤੇ ਮੈਂ ਇਹਨਾਂ ਧੰਨਵਾਦੀ ਹੈ। ਗੁਰੂ ਵਿਧੀਆਂ ਬਣਾਉਂਦਾ, ਮੇਰੀ ਕਿਤੇ ਨਾ ਕਿਤੇ ਸਾਡੇ ਆਗੂਆਂ ਨਾਲੇ ਸ਼ਿਕਾਇਤ ਹੈ, ਭਲਾ ਉਹ ਸਿਆਸੀ ਹੋਣ ਅਤੇ ਭਲਾ ਉਹ ਧਾਰਮਿਕ ਹੋਣ, ਕਿ ਲੇਜ਼ਰ ਗਾਈਡਡ ਮਿਜ਼ਾਈਲਾਂ ਦੇ ਯੁੱਗ ਦੇ ਵਿੱਚ ਅਸੀਂ ਕਿਰਪਾਨਾਂ ਨਾਲ ਨਹੀਂ ਲੜ ਸਕਦੇ, ਅਤੇ ਜੇ ਅਜੇ ਵੀ ਅਸੀਂ ਉਵੇਂ ਲੱਗੇ ਰਹੇ। ਅਤੇ ਸਾਡਾ ਇੱਕ ਸ਼ਾਇਰ ਹੈ ਇੰਗਲੈਂਡ ਦੇ ਵਿੱਚ, ਕਿ ਜ਼ਖਮੀ ਬਾਜ਼ ਦੀ ਆਂਦਰ ਦੇ ਸੰਗ ਜੇ ਨਾ ਉੱਡੀਆਂ ਸੋਚਾਂ, ਚਰਖ ਸਮੇਂ ਦਾ ਇਹ ਗਿਰਨਾ, ਸਾਡੇ ਲੱਖਣ ਲਾਉਣੇ ਲੋਕਾਂ। ਸੋ ਜਿਹੜੇ ਗੋਰੇ ਆ, ਮੈਨੂੰ ਉਹ ਤੋਂ ਬੜੀ ਉਮੀਦ ਹੈਗੀ ਹੈ, ਉਹ ਅੰਮ੍ਰਿਤਧਾਰੀ ਹੈ, ਸਭ ਸੂਰਤ ਹੈ, ਕੀਰਤਨ ਕਰਦੇ, ਗੱਤਕਾ ਕਰਦੇ ਆ, ਅਤੇ ਜਿਹੜਾ ਉਹਨਾਂ ਦਾ ਫਲਸਫਾ ਹੈ, ਮੈਂ ਉਹਨਾਂ ਦੀ ਐਡੀਟਿੰਗ ਕਰਦਾ, ਸਾਡੀ ਇੱਕ ਫਿਲਮ ਹੈਗੀ ਹੈ ਅ ਵੈਸਟਰਨ ਸੈਲੂਟੇਸ਼ਨ ਟੂ ਸਿੱਖਿਜ਼ਮ, ਅੰਗਰੇਜ਼ੀ 'ਚ ਹੈ, ਸਿੱਖੀ ਨੂੰ ਵਿਦੇਸ਼ੀ ਸ਼ਰਧਾਂਜਲੀ। ਮੇਰਾ ਖਿਆਲ ਉਹਨਾਂ ਨੂੰ ਸੁਣ ਕੇ, ਉਹਨਾਂ ਨੂੰ ਵੇਖ ਕੇ ਹਰ ਸਿੱਖ ਸ਼ਰਮਿੰਦਾ ਹੋਊਗਾ। ਅਸੀਂ ਭਈਆਂ 'ਤੇ ਇੱਕ ਫਿਲਮ ਬਣਾਉਣੀ ਹੈ, ਜਿਹਦੇ 'ਚ ਮੈਂ ਭਈਏ ਦਾ ਰੋਲ ਕਰਦਾ, ਕਰਕੇ ਵਧੀਆ ਸ਼ਕਲ ਹੈ, ਉਹਦੀਆਂ ਗੱਲਾਂ ਸੁਣ ਕੇ ਭਈਏ ਸਿੱਖ ਬਣੀ ਜਾਂਦੇ ਆ ਯੂਪੀ ਦੇ ਵਿੱਚ, ਮੈਂ ਕਿਹਾ ਉਹ ਤਾਂ ਭਈਏ ਸਿੱਖ ਬਣੀ ਜਾਂਦੇ ਆ। ਸਾਨੂੰ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਹੈਗਾ। ਅਸੀਂ ਗੱਲਾਂ ਕਰਦੇ ਹਾਂ, ਨਾਂ ਦੇ ਸਿੱਖ ਹਾਂ, ਸਾਡੇ ਕੋਈ ਬੰਦੇ ਸਰੂਪ ਦੇ ਸਿੱਖ ਹੈ, ਪਰ ਅੰਦਰੋਂ ਅਸੀਂ ਕਿਤੇ ਨਾ ਕਿਤੇ ਕੱਚੇ ਹਾਂ। ਸੋ ਇਹ ਫਿਲਮਾਂ ਸ਼ਾਇਦ ਲੋਕਾਂ ਨੂੰ ਮਜ਼ਬੂਤ, ਸਾਡੇ ਬੱਚੇ ਜਿਹੜੇ ਕਹਿੰਦੇ ਬੁੜੇ ਤੋਂ ਤੈਨੂੰ ਸਿਖਾਉਣਾ ਬੜਾ ਮੁਸ਼ਕਲ ਹੁੰਦਾ, ਅੰਗਰੇਜ਼ੀ ਕਹਾਵਤ ਹੈ ਕੈਚ ਦਮ ਯੰਗ, ਸਾਡੇ ਬੱਚੇ ਵੇਖਣਗੇ, ਸ਼ਾਇਦ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਇਹੋ ਜਿਹਾ ਵਿਰਸਾ ਹੈ, ਕਿਸੇ ਫਿਲਮ ਬਣਾ ਰਹੇ ਸਿੱਖੀ ਮਹਾਨ, ਸਾਰੇ ਸਿੱਖ ਧਰਮ ਦਾ, ਸਿੱਖ ਇਤਿਹਾਸ ਦਾ ਨਿਚੋੜ ਹੋਊਗਾ। ਔਰ ਮੈਨੂੰ ਪੂਰਾ ਯਕੀਨ ਹੈ ਕਿ ਉਸ ਫਿਲਮ ਨੂੰ ਜਿਹੜਾ ਵੀ ਬੱਚਾ ਵੇਖੂਗਾ, ਉਹ ਆਪਦੇ ਕੇਸ ਨਹੀਂ ਕਤਲ ਕਰਾਊਗਾ। ਉਹੀ ਮੇਰੀ ਜ਼ਿੰਦਗੀ ਸਭ ਤੋਂ ਵੱਡੀ ਪ੍ਰਾਪਤੀ ਹੋਊਗੀ, ਇਸ ਸੰਸਾਰ ਨੂੰ ਛੱਡ ਕੇ ਜਾਣ ਤੋਂ ਪਹਿਲਾਂ ਪਹਿਲਾਂ ਇੱਕ ਕੋਸ਼ਿਸ਼ ਹੈ, ਗੁਰੂ ਕਿਰਪਾ ਕਰੇ ਤਾਂ ਉਹ ਫਿਲਮਾਂ ਬਣਾ ਕੇ ਅਸੀਂ ਛੱਡ ਜਾਈਏ ਕੌਮ ਵਾਸਤੇ, ਤਾਂ ਕਿ ਮੇਰੇ ਮਰ ਤੋਂ ਬਾਅਦ ਹੀ ਮੇਰੀ ਆਤਮਾ ਜਿੱਥੇ ਵੀ ਹੋਵੇ, ਜਦੋਂ ਕੋਈ ਬੱਚਾ, ਸਿੱਖ ਦਾ ਬੱਚਾ ਜਾਂ ਕੋਈ ਵੀ ਬੱਚਾ, ਸਾਰਾ ਕੁਝ ਸਿੱਖ ਵੇਖ ਕੇ ਸਾਡੇ ਵਿਰਸੇ ਨਾਲ ਜੁੜੂਗਾ, ਅਤੇ ਗੁਰੂ ਮੈਨੂੰ ਬਖਸ਼ਾਂ ਕਰੂਗਾ, ਅਤੇ ਮੇਰੀ ਆਤਮਾ ਨੂੰ ਉੱਥੇ ਹੀ ਸੰਤੁਸ਼ਟੀ ਮਿਲਿਆ ਕਰੂਗੀ। ਇਸ ਮਕਸਦ ਨਾਲ ਲੱਗੇ ਹੋਏ ਹਾਂ, 20 ਸਾਲ ਹੋ ਗਏ ਸਾਨੂੰ ਲੱਗਿਆ, 99ਵੀਂ ਵਿਸਾਖੀ ਤੋਂ ਪਹਿਲਾਂ ਦੇ ਲੱਗੇ ਹੋਏ ਹੈ, ਹੁਣ ਦੁਬਾਰਾ ਤੋਂ ਸ਼ੁਰੂ ਕਰ ਰਹੇ ਹੈਗੇ। ਜਿਵੇਂ ਗੁਰਬਾਣੀ ਦੇ ਕੌਤਕ ਹੈ, ਰੱਬ ਦੇ ਨਾਮ ਦੀਆਂ ਤਾਕਤਾਂ ਬਾਰੇ, ਗੁਰਬਾਣੀ ਦੀਆਂ ਤਾਕਤਾਂ ਬਾਰੇ ਪ੍ਰਮਾਣ ਹੈ। ਇੱਕ ਤਾਂ ਉਹਨਾਂ ਨੇ ਲੋਕ ਹਵਾ 'ਚ ਗੱਲਾਂ ਕਰਦੇ ਆ, ਮੈਂ ਬੜਾ ਸਾਇੰਟੀਫਿਕ ਅਤੇ ਐਨਾਲੀਟੀਕਲ ਆਦਮੀ ਹਾਂ, ਮੈਂ ਯੂਨੀਵਰਸਿਟੀ ਦਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਗੋਲਡ ਮੈਡਲਿਸਟ ਹੈ, ਮੈਂ ਛੇਤੀ ਕੀਤਾ ਕਿ ਉਹ ਤੋਂ ਪ੍ਰਭਾਵਿਤ ਨਹੀਂ ਹੁੰਦਾ ਗਾ।
ਜੋ ਸਿੱਖਾਂ ਕੋਲ ਹੈ, ਜੋ ਗੁਰੂ ਗ੍ਰੰਥ ਸਾਹਿਬ ਹੈ, ਕਿਤੇ ਹੈ ਹੀ ਨਹੀਂ ਕਿਸੇ ਕੌਮ ਕੋਲ, ਅਤੇ ਅਸੀਂ ਕੀਤਾ ਕੀ ਹੈ? ਕੁਛ ਨਹੀਂ। ਜਿਹਨੂੰ ਵੇਖੋ, ਵੇਖਾ ਵੇਖੀ ਕੋਈ ਮੂੰਹ ਸਿਰ ਬਣਾਈ ਫਿਰਦਾ, ਗੁਰਦੁਆਰੇ ਆਉਂਦੇ ਖਾਣਾ ਪੂਰੀ ਹੈ, ਸੰਗਰਾਂਦ 'ਤੇ ਆ ਗਏ, ਮੱਸਿਆ 'ਤੇ ਆ ਗਏ, ਗੁਰਪੁਰਬ 'ਤੇ ਆ ਗਏ, ਅਤੇ ਬਾਹਰ ਖੜ੍ਹੇ ਜਕੜਾਂ ਮਾਰੀ ਜਾਂਦੇ ਹੈਗੇ ਆ। ਅਸਲ ਖਜ਼ਾਨੇ ਤੋਂ ਅਸੀਂ ਕਿਤੇ ਨਾ ਕਿਤੇ ਖੁੰਝ ਗਏ ਹਾਂ, ਅਤੇ ਉਹ ਕੋਸ਼ਿਸ਼ ਹੈ ਕਰਨਾ ਗੁਰੂ ਨੇ ਹੈ, ਹੋ ਗਿਆ ਬਹੁਤ ਵਧੀਆ। ਨਹੀਂ ਘੱਟੋ ਘੱਟ ਮੈਂ ਗੁਰੂ ਦੇ ਸਾਹਮਣੇ ਜੇ ਕਿਤੇ ਹਾਜ਼ਰ ਹੋਊਂਗਾ ਤਾਂ ਮੈਨੂੰ ਸ਼ਰਮਿੰਦਾ ਨਾ ਹੋਣਾ ਪਵੇ ਕਿ ਬਾਪੂ ਤੈਨੂੰ ਪਤਾ ਮੈਂ ਪੂਰੀ ਵਾਹ ਲਾਈ, ਅਸੀਂ ਆਪਦੀ ਜ਼ਮੀਨ ਸੇਲ 'ਤੇ ਲਾਈ ਹੋਈ ਹੈ। ਜੇ ਕੋਈ ਸਿੱਖ ਜਿਹੜੇ ਧਨਾੜ ਹੈ, ਮੈਂ ਸਿੱਖ ਕੌਮ ਦਾ ਕੋਈ ਧਨਾੜ ਸਿੱਖ ਨਹੀਂ ਛੱਡਿਆ, ਉਹਨੂੰ ਕਿਹਾ ਓਏ ਤੁਹਾਨੂੰ ਸ਼ਰਮ ਹੋਣੀ ਚਾਹੀਦੀ, ਤੂੰ ਇੰਨੇ ਨੇ ਪੈਸੇ ਬਣਾਈ ਬੈਠੇ ਹੋ, ਆਓ ਆਪਾਂ ਸਿੱਖ ਇਤਿਹਾਸ ਨੂੰ ਸੰਭਾਲੀਏ, ਉਹ ਬਰਜੀਵੜਿਆਂ ਦੇ ਇਤਿਹਾਸ ਨੂੰ ਸੰਭਾਲੀਏ ਜਿਨ੍ਹਾਂ ਨੇ ਸਾਰਾ ਕੁਝ ਕੁਰਬਾਨ ਕਰਤਾ ਪਰ ਕੋਈ ਨਿਤਰਿਆ ਨਹੀਂ। ਤੁਸੀਂ ਪਾਰਟੀਆਂ ਕਰਾ ਲਓ, ਹੋਰ ਇਲੈਕਸ਼ਨਾਂ 'ਤੇ ਖਰਚ ਕਰਾ ਲਓ, ਕਰੋੜਾਂ ਕਰਾ ਲਓ, ਉਹਦੇ ਆਸਤੇ ਸਾਰੇ ਤਕੜੇ ਹੈ, ਪਰ ਜੋ ਸਿੱਖ ਇਤਿਹਾਸ ਨੂੰ ਸੰਭਾਲਣ ਦੀ ਗੱਲ ਆਉਂਦੀ, ਪ੍ਰਚਾਰਨ ਦੀ ਗੱਲ ਆਉਂਦੀ, ਪਤਾ ਨਹੀਂ ਗੜੀ ਕੀ ਪੈ ਜਾਂਦੀ ਹੈਗੀ ਆ, ਕੋਈ ਸ਼ਰਾਪ ਹੈ ਮੇਰੀ ਸਮਝ ਨਹੀਂ ਆਇਆ। ਸੋ ਅਖੀਰ ਥੱਕ ਕੇ ਮੈਂ ਆਪਦੀ ਸਾਰੀ ਜ਼ਮੀਨ ਜਾਇਦਾਦ ਸੇਲ 'ਤੇ ਲਾਈ ਹੋਈ ਹੈ, ਕਦੇ ਕੋਈ ਫਲੈਟ ਵੇਚ ਲੈਣਾ, ਬੰਬੇ ਦੇ 2 ਵੇਚ ਲਏ, ਉੱਥੇ UP 2 ਪਲਾਟ ਵੇਚ ਲਏ, ਵੇਚ ਕੇ ਬਣਾਈ ਜਾਂਦੇ ਹਾਂ, ਕਿਉਂਕਿ ਜਿੰਨੀ ਮੈਨੂੰ ਟਾਈਮ ਲੱਗਦਾ ਲੋਕਾਂ ਨੂੰ ਜਾ ਕੇ ਸਮਝਾਉਣ 'ਤੇ ਕਿ ਯਾਰ ਯੋਗਦਾਨ ਪਾਓ, ਪੈਸੇ ਪਾਓ, ਲੋਕਾਂ ਨੂੰ ਲੱਗਦਾ ਕਿਉਂਕਿ ਚੋਰ ਨੂੰ ਚੋਰ ਅਤੇ ਸੰਤ ਨੂੰ ਸੰਤ, ਜੋ ਸਾਰੇ ਠੱਗ ਚੋਰ ਤਕਰੀਬਨ ਹੈਗੇ, ਉਹਨੂੰ ਲੱਗਦਾ ਵੀ ਯਾਰ ਪੈਸੇ ਪੁਠਾ ਨਹੀਂ ਇਕੱਠੇ ਕਰਦਾ ਫਿਰਦਾ, ਅਤੇ ਮੈਂ ਉਹਨੂੰ ਕਹਿੰਦਾ ਪੈਸੇ ਇਕੱਠੇ ਕਰਦਾ ਬੰਬੇ ਬਣਾ ਲੈਂਦਾ ਪੈਸੇ, ਪਰ ਜੇ ਮੈਂ ਉਹਨਾਂ ਫਿਲਮਾਂ 'ਚ ਕੰਮ ਕਰਦਾ ਤਾਂ ਫਿਰ ਇਹਨੂੰ ਬਣਾਉਣ ਦਾ ਟਾਈਮ ਨਹੀਂ ਮਿਲਦਾ। ਇੱਥੇ ਖੋਜ ਬੜੀ ਕਰਨੀ ਪੈਂਦੀ ਆ, ਉਹਨੇ ਬਣਾਈ ਸੀ ਨਾਨਕ ਸ਼ਾਹ ਫਕੀਰ, ਕੀ ਕੁਛ ਹੋਇਆ, ਬੰਦ ਕਰਤੀ ਫਿਲਮ, ਗਲਤੀਆਂ ਕੀਤੀਆਂ। ਸੋ ਰਿਸਰਚ 'ਤੇ ਬਹੁਤ ਟਾਈਮ ਲੱਗਦਾ ਅਤੇ ਫੂਕ ਫੂਕ ਕੇ ਕਦਮ ਰੱਖਣੇ ਪੈਂਦੇ ਆ ਕਿ ਮਕਸਦ ਵਿਰਸੇ ਨੂੰ ਸੰਭਾਲਣਾ ਅਤੇ ਪ੍ਰਚਾਰਨਾ ਹੈ, ਕਿਤੇ ਕਿਸੇ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ। ਜਿਹੜੀ ਆਪਣੀ ਕੌਮ ਜਜ਼ਬਾਤੀ ਲੋਕਾਂ ਦੀ ਕੌਮ ਹੈ, ਇਸੇ ਕਰਕੇ ਕੁਰਬਾਨੀਆਂ ਦੇਣ ਸਭ ਤੋਂ ਅੱਗੇ ਹੈ। ਸੋ ਉਹ ਕੋਸ਼ਿਸ਼ ਹੈਗੀ ਹੈ ਅਤੇ ਮੈਨੂੰ ਉਮੀਦ ਹੈ ਗੁਰੂ ਨੇ ਪਹਿਲਾਂ ਵੀ ਬਾਂਹ ਫੜੀ, ਸਿਰ 'ਤੇ ਹੱਥ ਰੱਖਿਆ। ਅਖੀਰ ਦੇ ਵਿੱਚ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਸ਼ੇਅਰ ਕਰੋ, ਕਿਸ ਤੱਕ ਜਾਊਗਾ, ਕਿ ਵੈਬਸਾਈਟ ਦੇ ਜ਼ਰੀਏ ਜਾਂ ਫੇਸਬੁੱਕ ਦੇ ਜ਼ਰੀਏ, ਜਿੱਥੇ ਵੀ ਜਾਵੇ। ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕਈ ਵਾਰੀ ਕਹਿ ਚੁੱਕਿਆ, 4-5 ਫਿਲਮਾਂ ਇਹੋ ਜਿਹੀਆਂ ਜਿਨ੍ਹਾਂ ਦੇ ਵਿੱਚ ਮੈਨੂੰ ਆਹ ਸ਼ਕਲ ਦੀ ਲੋੜ ਹੈ, ਜਿਹੜੀ ਬਈਆਂ 'ਤੇ ਬਣਨੀ ਹੈ, ਦੀਵਾਨ ਟੋਡਰਮੱਲ ਦਾ ਰੋਲ ਹੈ, ਇੱਕ ਅਸੀਂ ਸ਼ਹਾਦਤ ਬਣਾ ਰਹੇ ਹਾਂ, ਇਸ ਕਰਕੇ ਮੈਂ ਸ਼ਕਲ ਲਈ ਫਿਰਦਾ। ਅਦਰਵਾਈਜ਼ ਮੈਨੂੰ ਕਿਤੇ ਵੀ ਖੜ੍ਹੇ ਹੋ ਕੇ ਕਹਿਣ ਸ਼ਰਮ ਨਹੀਂ ਮਹਿਸੂਸ ਕਿ ਮੈਂ ਸ਼ਰਮਿੰਦਾ ਹੈ। ਮੇਰੇ ਘਰ ਦੇ ਅਨਪੜ੍ਹ ਸੀ, ਉਹਨੇ ਮੈਨੂੰ ਦੱਸਿਆ ਹੀ ਨਹੀਂ। ਮੇਰਾ ਪਿਓ ਮੈਨੂੰ ਭਲਵਾਨ ਬਣਾਉਣਾ ਚਾਹੁੰਦੀ, ਫਿਰ ਮੈਂ ਐਕਟਰ ਬਣ ਗਿਆ। ਫਿਰ ਐਕਟਰ ਦੇ ਵਿੱਚ ਫੈਸ਼ਨ ਹੈ, ਜਿਹੜੇ ਹਾਲੀਵੁੱਡ ਵਾਲਿਆਂ ਨੂੰ ਵਹਿੰਦੇ ਆ, ਬੰਬੇ ਵਾਲਿਆਂ ਨੂੰ ਵਹਿੰਦੇ ਆ, ਅਤੇ ਮੂੰਹ ਕਟਾਉਣਾ, ਸ਼ੇਵ ਕਰਨੀ ਅਤੇ ਵਾਲ ਕਟਾਉਣੇ ਉਹ ਫੈਸ਼ਨ ਮੰਨਦੇ ਆ। ਨਹੀਂ 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 ਨਹੀਂ, ਹਰ ਸਿੱਖ ਦੇ ਬੱਚੇ ਦੇ ਦਾੜ੍ਹੀ ਕਿਸ ਹੋਣੀ ਚਾਹੀਦੀ ਹੈ, ਵਰਨਾ ਉਸ ਕਰਜ਼ੇ ਤੋਂ ਮੁਕਤ ਨਹੀਂ ਹੋਣਾ ਉਹ, ਜਿਹੜਾ ਬਰਜੀਵੜਿਆਂ ਅਤੇ ਗੁਰੂਆਂ ਦਾ ਕਰਜ਼ਾ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਘਰ ਵਾਪਸੀ ਉਦੋਂ ਹੋਊਗੀ, ਮੇਰੇ ਮਨ ਨੂੰ ਸ਼ਾਂਤੀ ਉਦੋਂ ਮਿਲੂਗੀ ਜਿੱਦਾਂ ਮੈਂ ਸਾਬਤ ਸੂਰਤ ਹੋਊਂਗਾ, ਮੇਰੇ ਦਾੜ੍ਹੀ ਕੇਸ ਹੋਣਗੇ ਅਤੇ ਮੈਂ ਗੁਰੂ ਵਾਲਾ ਬਣੂੰਗਾ। ਠੀਕ ਹੈ, ਫਿਲਮਾਂ ਹੈ, ਪ੍ਰਚਾਰ ਹੈ, ਕਰਦੇ ਹਾਂ, ਇਸ ਵਾਰੇ ਕਰਦੇ ਕਿ ਸ਼ਾਇਦ ਗੁਰੂ ਦਿਆਲ ਹੋ ਕੇ ਤਾਂ ਮੈਨੂੰ ਮਾਫ਼ ਕਰ ਦੇ ਕਿ ਪੁੱਤ ਨੇ ਬੜੀ ਇਮਾਨਦਾਰੀ ਨਾਲ ਸੇਵਾ ਕੀਤੀ, ਜੋ ਕੁਛ ਸੀ ਲਾਤਾ ਉਹ। ਆਉਣ ਵਾਲੇ ਸਮੇਂ ਜਿਵੇਂ ਸਿੱਖ 'ਤੇ ਦਸਤਾਰ ਹੈ, ਸਮਾਂ ਇੱਥੇ ਵਿਖਾਵਾਂਗੇ ਆਪਾਂ, ਜੇ ਲੋਕਾਂ ਨੇ ਸਹਿਯੋਗ ਦਿੱਤਾ, ਗੁਰੂਆਂ ਨੇ ਮਤਲਬ ਗੁਰਦੁਆਰਾ ਕਮੇਟੀਆਂ ਨੇ ਸਹਿਯੋਗ ਦਿੱਤਾ, ਅਤੇ ਉਹ ਵਿਖਾਵਾਂਗੇ ਕਿ ਸਿੱਖ ਦਾ ਦਾੜ੍ਹੀ ਕਿਸ ਨਾਲ ਰਿਸ਼ਤਾ ਕੀ ਹੈ, ਧਰਮ ਦੇ ਪੱਖੋਂ ਅਤੇ ਇਤਿਹਾਸਿਕ ਪੱਖੋਂ। ਜਿਹੜੇ ਫਰਾਂਸ ਦੇ ਵਿੱਚ ਪੱਗ ਦਾ ਮਸਲਾ ਸੀ, ਉੱਥੇ ਜਾ ਕੇ ਮੈਂ ਵਿਖਾਈ, ਉਹਦੇ ਵਾਸਤੇ ਬਣਾਈ ਸੀ, ਉਹਨਾਂ ਵਕੀਲਾਂ ਨੂੰ ਜਿਹੜੇ ਮੁਕੱਦਮਾ ਲੜ ਰਹੇ ਸੀ, ਤਾਂ ਉਹਨਾਂ ਨੇ ਕਿ ਇਹਨਾਂ ਨੇ ਸਾਨੂੰ ਦੱਸਿਆ ਹੀ ਨਹੀਂ। ਮੈਂ ਕਿਹਾ ਉਹਨੂੰ ਪਤਾ ਹੀ ਨਹੀਂ, ਆਪਾਂ ਪੱਗਾਂ ਤਾਂ ਬੰਨੀ ਫਿਰਦੇ ਹਾਂ, ਦਾੜ੍ਹੀ ਕਿਸ ਵੀ ਰੱਖੀ ਹੋਈ, ਸਾਨੂੰ ਪਤਾ ਹੀ ਨਹੀਂ। ਸਾਇੰਟੀਫਿਕ ਢੰਗ ਨਾਲ ਦਾੜ੍ਹੀ ਕੇ ਰੱਖਣ ਦਾ ਕੀ ਫਾਇਦਾ, ਇਹ ਵੀ ਤੁਸੀਂ ਉਹ 'ਚ ਵੇਖੋਗੇ ਕਿ ਦਾੜ੍ਹੀ ਕੇਸ ਰੱਖਣ ਦੇ ਕਿੰਨੇ ਫਾਇਦੇ ਆ। ਇੱਕ ਤਾਂ ਰੱਬ ਨਾਲ ਸਹਿਮਤ ਹੋ ਗਏ, ਜੇ ਮੈਂ ਮੂੰਹ ਸਿਰ ਬਣਾਈ ਫਿਰਦਾ, ਟ੍ਰਿਮ ਕਰਦਾ, ਕਈ ਬੰਨੀ ਫਿਰਦੇ ਆ, ਇਹਦਾ ਮਤਲਬ ਜਿਵੇਂ ਆਪਣੇ ਖਾੜਕੂ ਕਹਿੰਦੇ ਜਿਵੇਂ ਤੁੰਨੀ ਅਤੇ ਮੁੰਨੀ ਇੱਕੋ ਗੱਲ ਹੀ ਹੈ, ਮਨ ਉਹਨਾਂ ਬਿਲਕੁਲ ਸਹਿਮਤ ਹੈ। ਖੋਲ੍ਹ ਕੇ ਛੱਡਣੀ ਚਾਹੀਦੀ ਹੈ, ਦਾੜਾ ਆਪਣਾ ਪ੍ਰਕਾਸ਼ ਕਰਨਾ ਚਾਹੀਦਾ ਹੈ, ਇਹਦੇ ਬੜੇ ਫਾਇਦੇ ਆ। ਮੈਂ ਤਾਂ ਉਹ ਫਿਲਮ ਦੇ ਵਿੱਚ ਇਹ ਵੀ ਕਹਿੰਦਾ, ਇੱਕ ਤਾਂ ਆ ਰਿਹਾ ਹੈਗਾ ਦਾੜ੍ਹੀ ਕੇਸਾਂ ਬਾਰੇ ਪ੍ਰੋਜੈਕਟ, ਕਿ ਸਿੱਖ ਨੂੰ ਹੀ ਨਹੀਂ ਹਰ ਬੰਦੇ ਨੂੰ ਦਾੜ੍ਹੀ ਕੇ ਰੱਖਣੀ ਚਾਹੀਦੀ ਹੈ। ਸਰ ਕਿ ਰਿਸ਼ੀ ਮੁਨੀ ਤਪਸਵੀ ਔਲੀਏ ਪੈਗੰਬਰ ਅਵਤਾਰ ਸਾਰੇ ਦਾੜ੍ਹੀ ਕੇਸ ਰੱਖਦੇ ਸੀ, ਇਸ ਕਰਕੇ ਥੋੜ੍ਹੀ ਉਹਨਾਂ ਕੋਲ ਉਸ ਤਰ੍ਹਾਂ ਵਾਲਾ ਬੰਦਾ ਹੀ ਨਹੀਂ ਸੀ। ਉਹਨਾਂ ਕੋਲ ਤਾਂ ਅਮੋਘ ਸ਼ਕਤੀਆਂ ਸੀ, ਰਾਮ ਬਾਣ ਸੀ, ਅਗਨੀ ਬਾਣ ਸੀ,
ਦਾੜੀ ਕੇਸ ਉਸ ਮਾਲਕ ਦੀ ਬਖਸ਼ਿਸ਼ ਹੈ। ਜੇ ਮੈਂ ਦਾੜੀ ਕੇਸ ਕੱਟਦਾ ਐਂ ਟ੍ਰਿਮ ਕਰਦਾ ਤਾਂ ਮਤਲਬ ਜਾਣੇ ਅਣਜਾਣੇ ਮੈਂ ਸੁਨੇਹਾ ਦਿੰਦਾ ਕਿ ਬਾਪੂ ਮੈਨੂੰ ਤੇਰਾ ਡਿਜ਼ਾਇਨ ਪਸੰਦ ਨਹੀਂ ਆਇਆ, ਮੇਰਾ ਡਿਜ਼ਾਇਨ ਤੇਰੇ ਨਾਲੋਂ ਬਿਹਤਰ ਹੈ। ਇਸ ਤੋਂ ਵੱਡੀ ਮੂਰਖਤਾ ਕੀ ਹੋ ਸਕਦੀ ਹੈਗੀ ਹੈ? ਯਾਨੀ ਉਸ ਮਾਲਕ ਦੇ ਅਸੀਂ ਸ਼ਰੀਕ ਬਣੇ ਫਿਰਦੇ ਹਾਂ ਕਿ ਮੈਨੂੰ ਤੇਰਾ ਡਿਜ਼ਾਇਨ ਪਸੰਦ ਨਹੀਂ ਆਇਆ। ਜਦੋਂ ਅਸੀਂ ਉਹਦੇ ਨਾਲ ਸਹਿਮਤ ਹੀ ਹੋਏ ਫਿਰਦੇ ਹਾਂ ਤਾਂ ਫਿਰ ਨੇੜਤਾ ਕਿਵੇਂ ਵਧੂਗੀ? ਨੇੜਤਾ ਤਾਂ ਸਹਿਮਤ ਹੋਣ ਨਾਲ ਵਧਣੀ ਹੈ। ਸੋ ਦਾੜੀ ਕੇਸ ਰੱਖਣਾ ਬਹੁਤ ਜ਼ਰੂਰੀ ਹੈ, ਉਸ ਮਾਲਕ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵੱਲ, ਉਹਦੇ ਨਾਲ ਸਹਿਮਤ ਹੋਣ ਵੱਲ, ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵੱਲ। ਦਾੜੀ ਕੇਸ ਰੱਖਣਾ ਪਹਿਲਾ ਕਦਮ ਹੈ, ਪਹਿਲਾ ਪਾਠ ਹੈ, ਪਹਿਲਾ ਅੱਖਰ ਹੈ, ਪਹਿਲੀ ਪੌੜੀ ਹੈ, ਪਹਿਲਾ ਸਬਕ ਹੈ। ਬਾਹਲੀਆਂ ਵੱਡੀਆਂ ਵੱਡੀਆਂ ਗੱਲਾਂ ਭਾਈ ਬਾਅਦ 'ਚ ਕਰੀ, ਪਹਿਲਾਂ ਜੋ ਉਹਨੇ ਦਿੱਤਾ ਉਹਨੂੰ ਰੱਖ ਕੇ ਵਿਖਾ ਕਿ ਬਾਪੂ ਤੂੰ ਦਿੱਤਾ ਅਤੇ ਮੈਂ ਕਬੂਲ ਕੀਤਾ। ਇਹ ਜੇ ਕੋਈ ਯਤਨ ਹੈਗੇ ਗੁਰੂ ਨੇ ਮਿਹਰ ਕੀਤਾ, ਅੱਗੇ ਕਾਮਯਾਬ ਹੋਵਾਂਗੇ। ਧੰਨਵਾਦ।